ਹਾਂਜੀ ਦੋਸਤੋ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ ਤੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਜਮਾਤ 10ਵੀਂ ਦੇ ਵਿਦਿਆਰਥੀਆਂ ਲਈ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਦੇਖਦੇ ਰਹਿਣਾ ਤੇ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਤੁਹਾਡਾ ਜਮਾਤ 10ਵੀਂ ਦਾ ਅੱਜ ਯਾਨੀ ਕਿ ਰਿਜ਼ਲਟ ਕੀ ਆਵੇਗਾ ਜਾਂ ਫਿਰ ਨਹੀਂ ਅੱਜ ਦੀ ਵੀਡੀਓ ਵਿੱਚ ਅੱਪ ਤੁਹਾਨੂੰ ਸਾਫ਼-ਸਾਫ਼ ਜਿਹੜਾ ਕਲੀਅਰ ਦੱਸ ਦੇਵਾਂਗੇ ਪੀਐਸਵੀ ਕਲਾਸ 10th ਰਿਜ਼ਲਟ ਲਾਈਕਲੀ ਟੂ ਬੀ ਅਨਾਊਂਸਡ ਟੂਡੇ ਔਨ psb.ac.in हां जी मित्रों 2:00 बजे दी ये खबर है इस ਵਿੱਚ ਦੱਸਦੇ ਆਪਾਂ ਤੁਹਾਨੂੰ ਕੀ ਦੱਸਿਆ ਗਿਆ ਹੈ हां जी ਦੋਸਤੋ ਦੇਖ ਸਕਦੇ ਹੋ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਯਾਨਕੀ ਪੀਐਸਸੀਬੀ ਹੁਣ ਵੀ ਰਿਲੀਜ਼ਡ ਦਾ ਪੀਐਸਸੀਬੀ 10th ਰਿਜ਼ਲਟ ਸੂਨ ਦਾ ਪੀਐਸਸੀਬੀ ਔਨ ਵੈਡਨਸਡੇ ਡਿਕਲੇਅਰ ਦਾ ਕਲਾਸ 12th ਰਿਜ਼ਲਟ ਇਨ ਵਿੱਚ 96 96.96% ਆਫ ਸਟੂਡੈਂਟਸ ਪਾਸਡ ਦਾ ਐਗਜ਼ਾਮ ਠੀਕ ਹੈ ਯਾਨੀ 99.96% ਜਿਹੜੇ ਬੱਚੇ ਨੇ 12ਵੀਂ ਜਮਾਤ ਵਿੱਚੋਂ ਪਾਸ ਕੀਤੇ ਗਏ ਨੇ ਅਤੇ ਇਸ ਤੋਂ ਬਾਅਦ the class 10th results are expected to be outer today ਹਾਂਜੀ ਮਿੱਤਰੋ ਇਸ ਖਬਰ ਵਿੱਚ ਸਾਫ-ਸਾਫ ਕਿਹਾ ਜਾ ਰਿਹਾ ਹੈ ਕਿ ਜਿਹੜਾ ਰਿਜ਼ਲਟ ਹੈ ਤੁਹਾਡਾ ਜਮਾਤ 10ਵੀਂ ਦਾ ਅੱਜ ਆ ਸਕਦਾ ਹੈ students are advised to check on PSEB board's official website ਸਟੂਡੈਂਟਸ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਜਿਹੜੇ PSEB ਸਾਈਟ ਨੂੰ ਓਪਨ ਕਰਕੇ ਦੇਖਦੇ ਰਹੋ ਕੀ ਕਦ ਵੀ ਜਿਹੜਾ ਰਿਜ਼ਲਟ ਆ ਸਕਦਾ ਹੈ ਜੇ ਕੋਈ ਹੋਰ ਅਪਰੇਟ ਆਉਂਦੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਸਕਦੀ ਹੈ ਤੇ ਹਾਂਜੀ ਦੋਸਤੋ ਹੁਣ ਦੱਸਦੇ ਆਂ ਆਪਾਂ ਤੁਹਾਨੂੰ ਕਿਹੜਾ ਰਿਜ਼ਲਟ 10ਵੀਂ ਦਾ ਕਦੋਂ ਆ ਸਕਦਾ ਹੈ ਪੀਐਸਵੀ 10th ਐਗਜ਼ਾਮ 2022 ਵਾਸ ਕੰਡਕਟਡ ਇਨ 2 ਟਰਮਸ ਥਿਸ ਈਅਰ ਅਬਾਊਟ 4 ਲੱਖ ਸਟੂਡੈਂਟਸ ਹੈਜ਼ ਅਪੀਅਰਡ ਹੈਡ ਅਪੀਅਰਡ ਇਨ ਪੰਜਾਬ ਬੋਰਡ 10th ਐਗਜ਼ਾਮੀਨੇਸ਼ਨ ਦ ਪੀਐਸਵੀ ਬੋਰਡ ਇਜ਼ ਯੈਟ ਟੂ ਇਸ਼ੂ ਐਨ ਐਡਵਾਈਜ਼ਰੀ ਰਿਲੇਟਡ ਟੂ ਇਟ ਠੀਕ ਹੈ ਓਨਲੀ ਆਰ ਬੀਇੰਗ ਮੇਡ ਦੈਟ ਦ ਬੋਰਡ ਮੇ ਡਿਕਲੇਅਰ ਦ ਰਿਜ਼ਲਟ ਬਾਈ 2 ਪੀਐਮ ਟੁਡੇ ਹਾਂਜੀ ਮਿੱਤਰੋ ਇਹ ਖਬਰ ਵਿੱਚ ਦੱਸਿਆ ਜਾ ਰਿਹਾ ਸਾਫ਼-ਸਾਫ਼ ਕਿ 2 ਵਜੇ ਤੋਂ ਬਾਅਦ ਬਾਅਦ ਜਿਹੜਾ 10ਵੀਂ ਜਮਾਤ ਦਾ ਰਿਜ਼ਲਟ ਹੈ ਉਹ ਆ ਸਕਦਾ ਹੈ ਤੇ ਅੱਗੇ ਪੜ੍ਹ ਕੇ ਦਿਖਾਣਾ ਆਪਾਂ ਤੁਹਾਨੂੰ ਆਫਟਰ ਲੌਗਿੰਗ ਔਨ ਦਾ ਵੈਬਸਾਈਟ ਯੂ ਹੈਵ ਟੂ ਕਲਿੱਕ ਔਨ ਦਾ ਪੀਐਸਵੀ 10th ਰਿਜ਼ਲਟ ਲਿੰਕ ਠੀਕ ਹੈ ਆਫਟਰ ਦੈਟ ਐਂਟਰ ਯਰ ਰੋਲ ਨੰਬਰ ਡੇਟ ਆਫ ਬਰਥ ਐਂਡ ਆਦਰ ਡਿਟੇਲ ਆਸਕਡ ਕਲਿੱਕ ਔਨ ਯਾਨਕੀ ਵੀ ਤੁਸੀਂ ਅੱਗੇ ਕਲਿੱਕ ਕਰਦੇ ਹੋ ਤਾਂ ਰਿਜ਼ਲਟ ਵਿਲ ਬੀ ਡਿਸਪਲੇ ਆਉਂਦਾ ਸਕਰੀਨ ਸਟੂਡੈਂਟ ਵਿਲ ਟੇਕ ਅ ਪ੍ਰਿੰਟ ਆਊਟ ਆਫ देयर ਰਿਜ਼ਲਟਸ ਆਫਟਰ ਡਾਊਨਲੋਡਿੰਗ ਇਟ ਹਾਂਜੀ ਮਿੱਤਰੋ ਜਿਹੜਾ ਤੁਹਾਡਾ ਰਿਜ਼ਲਟ ਜਦ ਵੀ ਆ ਜਾਵੇਗਾ ਤੁਸੀਂ ਇਸ ਤਰ੍ਹਾਂ ਉਹਨੂੰ ਡਾਊਨਲੋਡ ਕਰ ਸਕਦੇ ਹੋ ਹਾਂਜੀ ਮਿੱਤਰੋ ਹੁਣ ਗੱਲ ਆਉਂਦੀ ਹੈ ਰਿਜ਼ਲਟ ਦੀ ਕਿ ਜਿਹੜਾ ਰਿਜ਼ਲਟ ਅੱਜ 2 ਵਜੇ ਤੋਂ ਬਾਅਦ ਯਾਨਕੀ 2 ਤਾਂ ਵੱਜ ਚੁੱਕੇ ਨੇ ਤੇ ਸ਼ਾਮ ਨੂੰ ਆਵੇਗਾ ਜਾਂ ਫਿਰ ਨਹੀਂ ਹਾਂਜੀ ਮਿੱਤਰੋ ਇਸ ਖਬਰ ਵਿੱਚ ਸਾਫ਼-ਸਾਫ਼ ਕਿਹਾ ਗਿਆ ਸੀ ਕਿ ਜਿਹੜਾ ਜਮਾਤ 10ਵੀਂ ਦਾ ਪੀਐਸਸੀ ਵੱਲੋਂ ਕਿਹਾ ਜਾ ਰਿਹਾ ਹੈ ਇਹ ਕੀ ਜਮਾਤ 10ਵੀਂ ਦਾ ਰਿਜ਼ਲਟ ਦੋ ਜ ਤੋਂ ਬਾਅਦ ਬਾਅਦ ਯਾਨਕੀ ਸ਼ਾਮ ਤੱਕ ਆ ਸਕਦਾ ਹੈ ਇਸ ਕਰਕੇ ਯਾਨਕੀ ਪੀਐਸਵੀ ਸਾਈਟ ਨੂੰ ਚੈੱਕ ਕਰਦੇ ਰਹੋ ਤੇ ਹਾਂਜੀ ਦੋਸਤੋ ਜੇ ਕੋਈ ਹੋਰ ਅਪਡੇਟ ਆਉਂਦੀ ਹੈ ਕਿ ਰਿਜ਼ਲਟ ਤੁਹਾਡਾ ਪੋਸਟਪੌਂਡ ਹੁੰਦਾ ਹੈ ਅੱਗੇ ਹੁੰਦਾ ਹੈ ਜਾਂ ਫਿਰ ਅੱਜ ਆਵੇਗਾ ਹਾਂਜੀ ਮੇਤਰੋ ਤੁਹਾਨੂੰ ਦੱਸ ਦੇਵਾਂਗੇ ਆਪਾਂ ਜਦ ਤੋਂ ਤੁਹਾਡਾ ਰਿਜ਼ਲਟ ਆ ਜਾਵੇਗਾ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਤੀ ਕੰਟੀਨਿਊ ਆਨ ਕਰ ਦੇਣਾ ਤੇ ਵੀਡੀਓ ਤੇ ਲਾਈਕ ਕਰ ਦੇਣਾ ਤੇ ਆਪਣੇ ਦੋਸਤ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰਨਾ ਤੇ ਹੁਣ ਆਪਾਂ ਦੱਸਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਰਿਜ਼ਲਟ ਚੈੱਕ ਕਰ ਸਕਦੇ ਹੋ PSCB ਦਾ 10th ਅਤੇ 12th ਦਾ ਰਿਜ਼ਲਟ ਚੈੱਕ ਕਰਨ ਲਈ ਸਭ ਤੋਂ ਪਹਿਲਾਂ Play Store ਤੇ ਜਾਣਾ ਤੇ ਸਰਚ ਕਰਨਾ ਹੈ ਪੰਜਾਬ ਬੋਰਡ ਰਿਜ਼ਲਟ ਠੀਕ ਹੈ ਇਸ ਨੂੰ ਸਰਚ ਕਰਦੇ ਹੀ ਤੁਹਾਡੇ ਲਈ ਇੱਕ ਐਪਲੀਕੇਸ਼ਨ ਆ ਜਾਵੇਗੀ ਜਿਸ ਦਾ ਕੀ ਨਾਮ ਹੈਗਾ ਤੁਸੀਂ ਦੇਖ ਸਕਦੇ ਹੋ ਪੰਜਾਬ ਬੋਰਡ ਰਿਜ਼ਲਟ 2022 ਇਹ ਐਪ ਇੰਪੋਰਟੈਂਟ ਐਜੂਕੇਸ਼ਨ ਦੁਆਰਾ ਬਣਾਇਆ ਗਿਆ ਹੈ ਅਤੇ نیچے ਸਕਰੋਲ ਕਰਦੇ ਹੀ ਤੁਹਾਡੇ ਲਈ ਇਸ ਨੂੰ ਰੇਟਿੰਗ ਕਰਨ ਦੇ ਯਾਨੀ ਕਿ ਤੁਸੀਂ ਇਸ ਨੂੰ ਰੇਟਿੰਗ ਕਰ ਸਕਦੇ ਹੋ ਅਤੇ ਇਸ ਤੋਂ ਬਾਅਦ ਤੁਸੀਂ ਆਪਣੇ ਰਿਵਿਊ ਵੀ ਇਸ ਤੇ ਸ਼ੇਅਰ ਕਰ ਸਕਦੇ ਹੋ ਜੇ ਤੁਸੀਂ ਰਿਵਿਊ ਵਿੱਚ ਲਿਖਣਾ ਹੈ ਪੰਜਾਬ ਬੋਰਡ ਰਿਜ਼ਲਟ ਠੀਕ ਹੈ ਇਸ ਤੋਂ ਬਾਅਦ ਇਸਨੂੰ ਐਪ ਨੂੰ ਤੁਸੀਂ ਆਪਣੇ ਫੋਨ ਵਿੱਚ ਇੰਸਟਾਲ ਕਰ ਲੈਣਾ ਹੈ ਤੇ ਇੰਸਟਾਲ ਕਰਨ ਤੋਂ ਬਾਅਦ ਅਤੇ ਫਿਰ ਇਸਨੂੰ ਓਪਨ ਕਰਦੇ ਹੀ ਤੁਹਾਡੇ ਲਈ ਇਸ ਦਾ ਜਿਹੜਾ ਇੰਟਰਫੇਸ ਹੈ ਉਹ ਸਾਹਮਣੇ ਆ ਜਾਵੇਗਾ ਇਸਨੂੰ ਓਪਨ ਕਰਦੇ ਹੀ ਇਸ ਤੋਂ ਬਾਅਦ ਤੁਸੀਂ ਇਸ ਤੇ 10ਵੀਂ ਅਤੇ 12ਵੀਂ ਦਾ ਰਿਜ਼ਲਟ ਕੋਈ ਵੀ ਚੈੱਕ ਕਰ ਸਕਦੇ ਹੋ 2022 ਦਾ ਇਸ ਕਰਕੇ ਜਲਦੀ ਜਲਦੀ ਜਾਓ ਡਿਸਕ੍ਰਿਪਸ਼ਨ ਵਿੱਚ ਲਿੰਕ ਹੈ ਇਸ ਐਪ ਦਾ ਡਾਊਨਲੋਡ ਕਰੋ ਤੇ ਚੈੱਕ ਕਰੋ ਆਪਣਾ ਰਿਜ਼ਲਟ